ਉਹ ਬੜੇ ਫੈਨ ਆ ਸਾ, ਇਹਨਾਂ ਨੇ ਟਿਕਟਾਕ ਤੱਕਣੇ ਹੋਏ ਆ, ਬਹੁਤ ਨਾਈਸ ਵੀਡੀਓਜ਼ ਬਣਾਣੇ ਮਾਸ਼ਾਅੱਲਾ। ਥੈਂਕ ਯੂ ਥੈਂਕ ਯੂ। ਤਾਂ ਹੁਣ ਪਾਰਟੀ ਡਾਨੇ ਬਣਵਾਈ ਮਾਸ਼ਾਅੱਲਾ, ਤੇ ਹੁਣ ਪੀਣੇ ਆ ਤਾਂ ਪਤਾ ਰੱਖਣੇ ਆ ਜੇ ਕੀ ਹੋ ਜਾ ਰਿਹਾ। ਮਾੜੇ ਚਾਵਲ ਇਹ ਤੁਸਾਂ ਨੇ, ਭੁੱਖ ਲੱਗੀ ਵੀ ਤੁਸਾਂ ਕੀ ਹੈ ਮਾਸ਼ਾਅੱਲਾ। ਥੈਂਕ ਯੂ ਤੁਸਾਂ ਨੀ, ਅੱਲਾ ਤੁਸੀਂ ਸਿਹਤ ਵਾਲੀ ਸਪੀਡ ਦੇਣਾ, ਅੱਲਾ ਤੁਸੀਂ ਮਿਲੀ ਜੁਲੀ ਦਾ ਖਾਣਾ ਪੀਣਾ ਬਣਾਇਆ ਕਰੋ, ਆਪਣੇ ਫੈਮਿਲੀ ਚ ਸ਼ੇਅਰ ਕਰਿਆ ਕਰੋ, ਕਿਉਂਕਿ ਜ਼ਰੂਰੀ ਹੈ ਖਾਣੇ ਚ। ਵੈਸੇ ਵੀ ਅੱਲਾ ਤਾਲਾ ਨੀ ਬਰਕਤ ਹੋਣੀ ਹੈ, ਤਾਂ ਅੱਲਾ ਤਾਲਾ ਇਸ ਬਰਕਤ ਵਾਲੇ ਮਹੀਨੇ ਵਿੱਚ, ਤੁਸਾਂ ਕੀ ਪਤਾ ਵੈਸੇ ਵੀ ਇੱਕ ਮਹੀਨਾ ਚੱਲੀ ਰਿਹਾ ਸੋਹਣਾ ਬਾ ਬਰਕਤ ਵਾਲਾ ਮਹੀਨਾ, ਬਸ ਦੋ ਦਿਹਾੜੇ ਰਹੀ ਗਏ ਨੇ ਈਦੀ ਵਿੱਚ ਵੀ, ਤਾਂ ਮਾਸ਼ਾਅੱਲਾ ਇੰਗਲੈਂਡ ਵਾਲਿਆਂ ਨੇ ਤਾਂ ਕੱਲ੍ਹ ਮਾੜੇ ਖਿਆਲ ਈਦ ਹੈ, ਤਾਂ ਮਾਸ਼ਾਅੱਲਾ ਅਸਾਂ ਉਹਨਾਂ ਕੀ ਐਡਵਾਂਸ ਮੁਬਾਰਕ ਵੀ ਦੇਣਾ ਚਾਹੁੰਦੇ ਹਾਂ ਅੱਲਾ ਉਹਨਾਂ ਕੀ ਆਪਣੀ ਢੇਰ ਸਾਰੀਆਂ ਖੁਸ਼ੀਆਂ ਵਿੱਚ, ਆਪਣੀਆਂ ਕੁਰਬਾਨੀਆਂ ਵਿੱਚ ਅੱਲਾ ਤਾਲਾ ਉਹਨਾਂ ਕੀ ਬਿਜ਼ੀ ਰੱਖਿਆ ਅਤੇ ਕਬੂਲ ਕਰ ਰਹੇ ਉਹਨਾਂ ਦੀਆਂ ਕੁਰਬਾਨੀਆਂ। ਤਾਂ ਜਲਦੀ ਜਲਦੀ ਤੁਸੀਂ ਸਾਡੇ ਚੈਨਲ ਕੀ ਸਬਸਕ੍ਰਾਈਬ ਵੀ ਕਰਨਾ ਅਤੇ ਫੈਲੋ ਵੀ ਕਰਨਾ ਅਤੇ ਟੱਲੀ ਮਾਰਨਾ ਨਾ ਭੁੱਲਣਾ, ਜਲਦੀ ਜਲਦੀ ਟੱਲੀ ਵੀ ਲਾਜ਼ਮੀ ਮਾਰਨੀ। ਤੁਸਾਂ ਪਤਾ ਅਸਾਂ ਹੁਣ ਖੱਟਾ ਪਰ ਨਾਨੀ ਦੋਤਰੀ ਬੈਠੇ ਹਾਂ, ਅਸਾਂ ਹੁਣ ਤਾਂ ਚੱਲੀ ਨਾ ਸਕਣੇ ਹਾਂ, ਅਤੇ ਅਸਾਂ ਕਿਤੇ ਕੁਛ ਸਪੈਸ਼ਲ ਉਹਨਾਂ ਖੱਟਾ ਪਰ ਅੱਛੀ ਕੇ ਚਾਵਲ ਦਿੱਤਾ, ਅਤੇ ਥੈਂਕ ਯੂ ਤੁਸਾਂ ਨੀ ਬਹੁਤ ਬਹੁਤ, ਅਤੇ ਅੱਲਾ ਤੁਸਾਂ ਕੀ ਆਪਣੇ ਸੁਭਾਨ ਵਿੱਚ ਰੱਖਾ। ਹਾਂਜੀ ਮਾੜੀਏ ਭੈਣੋ, ਉਹ ਤਾਂ ਮਾੜੀ ਆਪਣੇ ਹੀ ਹੋ, ਇਹ ਪੱਕੇ ਪਕਾਏ ਚਾਵਲ ਤਾਂ ਅਸਾਂ ਕੀ ਗਏ ਲੱਭੀ, ਅਤੇ ਇਹ ਹੁਣ ਅਸਾਂ ਖਾਈ ਨਾ, ਅਤੇ ਅੱਜ ਅਸਾਂ ਜਾਸਾਂ ਡਡਿਆਲ ਸ਼ੋਪਿੰਗ ਕਰਸਾਂ, ਈਦੀ ਨਹੀਂ ਹੁਣ ਕੱਪੜੇ ਛੱਪੜੇ ਜਿਹੜੇ ਕੋਈ ਪਸੰਦ ਆਏ, ਜਾਂ ਹੁਣ ਤਾਂ ਤੁਸਾਂ ਪਤਾ ਦਰਜ਼ੀ ਤਾਂ ਸੀੜੀ ਕੋ ਨਹੀਂ ਦੇਣੇ, ਅਤੇ ਸੀੜ 'ਤੇ ਵੇਖਣ ਸਾਂ ਜਿਹੜੇ ਸਿਧਰਾ ਕੀ ਪਸੰਦ ਆਏ, ਜਿਹੜੇ ਮੀਂਹ ਕੀ ਪਸੰਦ ਆਏ, ਅਤੇ ਖਾਈ ਪੀ ਨਾ ਤਾਂ ਫੁੱਲ ਹੋਈ ਕਹਿ, ਤਾਂ ਫਿਰ ਜਾਸਾਂ ਡਡਿਆਲ ਯਕੀਆਂ ਉੱਥੇ। ਫਿਰ ਹੁਣ ਤੁਸਾਂ ਪਤਾ ਹੁਣ ਪਾਬੰਦੀ ਲਾਈ ਦਿੱਤੀ ਬਾਹਰ ਨੇ ਖਾਣਿਆ ਨਹੀਂ, ਅਤੇ ਜਿਹੜਾ ਖਾਣਾ ਵੀ ਖਾਣਾ ਘਰ ਹੀ ਖਾਣਾ, ਬਾਹਰ ਬਿਲਕੁਲ ਨਹੀਂ ਖਾਣਾ ਜਦ ਤੱਕ ਈਦ ਨਹੀਂ ਅੱਛਣੀ। ਈਦ ਤੋਂ ਬਾਅਦ ਵੀ ਫਿਰ ਜਿਹੜੇ ਚਲੋ ਫਿਰ ਗੋਸ਼ਤ ਚੱਲਣਾ ਹੀ ਰਸੀ, ਘਰ ਆਪਣੇ ਕਬਾਬ ਬਣਾਈ ਕਿਨਸਾਂ, ਘਰ ਆਪਣਾ ਸਭ ਕੁਝ ਤਿਆਰ ਕਰੀ ਕਿਨਸਾਂ, ਅਤੇ ਇਸ ਵਜ੍ਹਾ ਤੋਂ ਜਿਹੜਾ ਨਾ ਅੱਜ ਹੁਣ ਖਾਣਾ ਖਾਈ, ਅਤੇ ਹੁਣ ਜਾਸਾਂ ਡਡਿਆਲ ਹੁਣ ਕਰਨੇ ਆ ਖਾਣਾ ਖਾਈ ਕੇ ਹੁਣ ਤਿਆਰੀ, ਤਾਂ ਫਿਰ ਤੁਸਾਂ ਕੀ ਅਗਲੇ ਵਲੋਗ ਨਾਲ ਜਾਈ ਕੇ ਡਡਿਆਲ ਮਿਲਸਾਂ, ਅਤੇ ਦਸਾਂ ਨਾਲ ਕਿਆ ਕਿਆ ਚੀਜ਼ਾਂ ਖਰੀਦਣਾ। ਫਿਰ ਤੁਸਾਂ ਪਤਾ ਅਸਾਂ ਕਢਾਉਣੇ ਥੋੜ੍ਹੇ ਥੋੜ੍ਹੇ ਹਾਂ, ਅਤੇ ਹੁਣ ਫਿਰ ਅੱਜ ਜਿਹੜਾ ਨਾ ਉਹ ਵੀ ਟੈਪ ਟੈਪ ਨਹੀਂ ਤਰਫੋਂ ਅਸਾਂ ਇਨਸ਼ਾਅੱਲਾ ਅੱਜ ਫਿਰ ਪੈਸੇ ਕਢਾਸਾਂ, ਅਤੇ ਉੱਥੋਂ ਹੀ ਕਢਾਈ ਅਤੇ ਉੱਥੋਂ ਹੀ ਸ਼ੋਪਿੰਗ ਕਰੀ ਕਿਨਸਾਂ, ਅਤੇ ਅੱਲਾ ਤੁਸਾਂ ਕੀ ਆਪਣੇ ਸਮਾਨ ਵਿੱਚ ਰੱਖਿਆ, ਅਤੇ ਤੁਸਾਂ ਵੀ ਜਲਦੀ ਜਲਦੀ ਈਦੀ ਨੇ ਜਿਹੜੀ ਸ਼ੋਪਿੰਗ ਕਰਨੀ ਹੈ, ਜਿੰਨਾ ਤੁਸਾਂ ਭੈਣਾਂ ਭਰਾਵਾਂ ਤੁਸਾਂ ਕੀ ਇੰਗਲੈਂਡ 'ਚੋਂ ਭੇਜੇ ਨੇ, ਤੁਸਾਂ ਨੇ ਬੱਚਿਆਂ ਭੇਜੇ ਹੋਏ ਨੇ, ਤੁਸਾਂ ਵੀ ਟੈਪ ਟੈਪ ਨੇ ਜ਼ਰੀਏ ਫਟੋਫਟ ਪੈਸੇ ਕਢਾਓ, ਅਤੇ ਫਟੋਫਟ ਆਪਣੀ ਸ਼ੋਪਿੰਗ ਕਰੋ। ਯਕੀਆਂ ਐਵੇਂ ਤਾਂ ਬੰਦਾ ਉੱਥੇ ਕੱਲ੍ਹ ਤਾਂ ਉੱਥੇ ਕੱਲ੍ਹ ਉਹ ਚੀਜ਼ ਦਿਓ ਉਹ ਚੀਜ਼ ਦਿਓ, ਅਤੇ ਟੈਪ ਟੈਪ ਨੇ ਜ਼ਰੀਏ ਫਟੋਫਟ ਮਿੰਟਾਂ ਸਕਿੰਟਾਂ ਵਿੱਚ ਜਿਹੜੇ ਨੇ ਪੈਸੇ ਜਿਹੜੇ ਨੇ ਬੰਦਾ ਉੱਥੇ ਬਹਿਣਾ ਅਤੇ ਬਸ
ਪੈਸੇ ਤੁਸੀਂ ਕੀ ਆਪਣੇ ਆਪ ਫਟਾਫਟ ਦੇਈ ਛੋੜਨੇ ਨੇ ਜਿਹੜੀਆਂ ਟੈਪ ਟੈਪ ਨੇ ਸਰਵਿਸ ਜਿਹੜੀ ਹੈ ਨਾ ਮਾਸ਼ਾਅੱਲਾ ਉਹ ਬਹੁਤ ਤੇਜ਼ ਹੈ ਅਤੇ ਮਿੰਟਾਂ ਸਕਿੰਟਾਂ ਦੇ ਵਿੱਚ ਚੁਟਕੀਆਂ ਵਿੱਚ ਟੈਪ ਟੈਪ ਨੇ ਜ਼ਰੀਏ ਪੈਸੇ ਲੱਭੀ ਜਾਣੇ ਨੇ। ਜਿਤਨੇ ਵੀ ਤਖਣੇ ਵਾਲੇ ਭੈਣਾਂ ਭਰਾ ਜਿਤਨੇ ਵੀ ਫੈਨ ਪੂਰੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਐਡਵਾਂਸ ਈਦ ਮੁਬਾਰਕ ਸਾਰਿਆਂ ਭੈਣਾਂ ਭਰਾ ਨੂੰ ਅਤੇ ਅੱਲਾਹ ਤਾਲਾ ਇਸ ਜਿਹੜੇ ਵੀ ਸਾਡੇ ਫੈਨ ਜਿਹੜੇ ਨਾ ਈਦ ਕੁਰਬਾਨੀ ਕਰਨਾ ਕਰੀ ਰਹੇ ਉਹਨਾਂ ਕੀ ਬਹੁਤ ਬਹੁਤ ਮੁਬਾਰਕ ਮਾਸ਼ਾਅੱਲਾ ਇਸ ਜਨਵਰੀ ਨੇ ਜ਼ਿਆਦਾ ਤੋਂ ਜ਼ਿਆਦਾ ਖਿਦਮਤ ਕਰੋ ਥੋੜ੍ਹਾ ਟਾਈਮ ਰਹੀ ਜਾਣੀ ਅੱਲਾਹ ਤਾਲਾ ਸੰਗੇ ਦੇ ਸਾਂ ਇਨਸ਼ਾਅੱਲਾ ਇਨਸ਼ਾਅੱਲਾ। ਅਤੇ ਦੂਆ ਨੰਬਰ ਹੁਣ ਅਸਾਂ ਜਾਈ ਰਹੇ ਹਾਂ ਡਡਿਆਲ ਈਦ ਨੀ ਆਖਰੀ ਸ਼ਾਪਿੰਗ ਕਰਨੇ ਵਾਸਤੇ ਕਹਿ ਹਰ ਵੇ ਬਿਲਕੁਲ ਬਿਲਕੁਲ ਅੱਜ ਜੁਲੇ ਆ ਸਿਧਰਾ ਕਿਵੀ ਨਾਲ ਸ਼ੋਪਿੰਗ ਕਰਾਉਣੇ ਆ ਜਿਹਨੂੰ ਅਸਾਂ ਨਹੀਂ ਵਾਰੀ ਹੈ ਸਭ ਹੋਰ ਕਰਵਾ ਸਨ ਸਿਧਰਾ ਕਿਵੀ ਸ਼ੋਪਿੰਗ ਅਤੇ ਵਿੱਕੀ ਵੀ ਅਸਾਂ ਦੋਵਾਂ ਮਾਵਾਂ ਧੀਆਂ ਕੀ ਅਤੇ ਜਿਹੜੀ ਚੀਜ਼ ਅਸਾਂ ਕਿ ਪਸੰਦ ਆਈ ਉਹ ਅਸਾਂ ਜ਼ਰੂਰ ਕਿਨਸਾਂ ਅਤੇ ਜਿਤਨੇ ਮਾੜੇ ਚੈਨਲ ਤੱਕਣੇ ਵਾਲੇ ਮਾੜੇ ਨਵੇਂ ਜਿਹੜੇ ਭੈਣਾਂ ਭਣੇ ਆਏ ਵੇ ਨੇ ਭਣੇਈਆਂ ਅੱਲਾ ਉਹਨਾਂ ਕੀ ਜ਼ਿੰਦਗੀ ਦੇਵੇ ਅੱਲਾ ਉਹਨਾਂ ਕੀ ਸਿਹਤ ਆਲੀ ਅਤੇ ਅੱਲਾ ਤੰਦਰੁਸਤੀ ਦੇਵੇ ਅਤੇ ਕਾਮਯਾਬੀਆਂ ਦੇਵੇ ਅਤੇ ਸਾਰਿਆਂ ਕੀ ਮਾੜੀ ਤਰਫੋਂ ਈਦ ਮੁਬਾਰਕ ਅੱਲਾ ਤਾਲਾ ਸਾਰਿਆਂ ਕੀ ਆਪਣੀ ਫਜ਼ਲੋ ਕਰਮ ਨਾਲ ਅੱਲਾ ਤਾਲਾ ਕੀਆਂ ਪ੍ਰਦੇਸ਼ ਵਾਲਿਆਂ ਨੇ ਤਾਂ ਕੱਲ੍ਹ ਮਾਸ਼ਾਅੱਲਾ ਈਦ ਸ਼ੁਰੂ ਹੈ ਅਤੇ ਅਸਾਂ ਨਹੀਂ ਤਾਂ ਫਿਰ ਰਹੀ ਦਾ ਪਾਕਿਸਤਾਨ ਵਾਲਿਆਂ ਨੇ ਜਿਹੜੀ ਉਹ ਪਰਸੋਂ ਹੈ ਤਾਂ ਉਹਨਾਂ ਨਾਲ ਬਲ ਖੈਰ ਫਿਰ ਪਰਸੋਂ ਕਰਸਾਂ ਕੀਆਂ ਜ਼ਿੰਦਗੀ ਨਾਲ ਕੋਈ ਭਰੋਸਾ ਕੋ ਨਹੀਂ ਹੋਣਾ ਅਤੇ ਅੱਲਾ ਸਾਰਿਆਂ ਕੀ ਖੁਸ਼ੀਆਂ ਨਸੀਬ ਕਰੇ ਅਤੇ ਅੱਲਾ ਤਾਲਾ ਸਾਰਿਆਂ ਕੀ ਕੁਰਬਾਨੀ ਕਰਨਾ ਵੀ ਨਸੀਬ ਕਰੇ ਅਤੇ ਅੱਲਾ ਤਾਲਾ ਸਿਹਤ ਵਾਲੀ ਜ਼ਿੰਦਗੀ ਕਰੇ ਤਾਂ ਹੁਣ ਜੁਲਨੇ ਆ ਡਿਡਿਆਲ ਕਰਨੇ ਆ ਸ਼ੋਪਿੰਗ ਅਤੇ ਫਿਰ ਤੁਸੀਂ ਕੀ ਦੱਸਣਾ ਹਾਂਜੀ ਮਾੜੇ ਭੈਣ ਉਹ ਤਾਂ ਮਾੜੇ ਭਣੇਓ ਤੁਸੀਂ ਪਤਾ ਹੈ ਹੁਣ ਗਰਮੀ ਇਤਨੀ ਸ਼ਦੀਦ ਹੈ ਕੋਈ ਹਿਸਾਬ ਨਹੀਂ ਅਤੇ ਜਿਤਨਾ ਸਵਾਦ ਨਿੰਬੂ ਪਾਣੀ ਨਾ ਆਉਣਾ ਨਾ ਹੋਰ ਸ਼ਰਬਤਾਂ ਨਾਲ ਸਵਾਦ ਵੀ ਕੋਈ ਨਹੀਂ ਆਉਣਾ ਮਾਸ਼ਾਅੱਲਾ ਤੇ ਹੁਣ ਪੀਣੇ ਆ ਤੇ ਪਤਾ ਰੱਖਣੇ ਆ ਜਦ ਕੀ ਹੋ ਜਾ ਤੇ ਯਕੀਨ ਕਰੋ ਅਸਾਂ ਜਿਸ ਟਾਈਮ ਕੋਟਲੀ ਜਾਣੇ ਆ ਨਾ ਦਵਾਈ ਕਿੰਨੇ ਵਾਸਤੇ ਡਾਕਟਰ ਕੋਲ ਤੇ ਸਾਨੂੰ ਉਸ ਟਾਈਮ ਯਕੀਨ ਕਰੋ ਪਹਾੜੀ ਕੋਲ ਇੱਕ ਭਾਈ ਬੈਠਾ ਵਾ ਆਉਣਾ ਉਹ ਵੀ ਸਪੰਜੀ ਬਣਾਉਣਾ ਉਸਨੇ ਵੀ ਇਤਨੀ ਪਿਆਰੀ ਅਤੇ ਮਜ਼ੇਦਾਰ ਸਪੰਜੀ ਹੈ ਨਾ ਅਤੇ ਚਲੋ ਆ ਜੇ ਇਸ ਵੀ ਭਾਈ ਨੇ ਪੀ ਕੇ ਤੱਕਣਿਆ ਕੀ ਹੈ ਖੁਸ਼ ਰੱਖਿਆ ਮਾੜੀਆਂ ਦੁਆਵਾਂ ਤੁਸਾਂ ਨੇ ਨਾਲ ਹੁਣ ਈਦ ਦੀ ਨੀ ਸ਼ੋਪਿੰਗ ਤਾਂ ਹੋਣੀ ਚਾਹੀਦੀ ਹੈ ਸਰਕਾਰ ਤਾਂ ਹੁਣ ਈਦ ਹੀ ਆਪਰ ਮਾਸ਼ਾਅੱਲਾ।
ਕਿਆ ਬੇਚ ਰਹੇ ਹੋ? ਚਲੋ ਜਿਹੜੇ ਕੋਈ ਜ਼ਰੂਰਤ ਨਹੀਂ ਚੀਜ਼ਾਂ ਉਸੇ ਨੂੰ, ਇਹ ਗਲਾਸ ਰੱਖਣੇ ਵਾਸਤੇ ਇਹ ਸੁਣ ਲਈ ਨੇ ਕਸਮੇ ਲਾਣਿਆਂ ਵੀ ਸੋਹਣੀਆਂ ਲੱਗਣੀਆਂ ਨੇ ਤੇ ਖਰੀਦਣਿਆਂ ਵੀ ਬਹੁਤ ਸੋਹਣੀਆਂ ਹੋਣੀਆਂ ਨੇ ਤੇ ਨਾਲ ਪੱਕੀਆਂ ਇਹ ਤੱਕ ਕਦੀ ਨਹੀਂ ਆਉਣ ਮੈਂ ਕਿੱਦੀਆਂ ਵਾਨੇ ਦੋ ਢਾਈ ਮਹੀਨੇ ਤਾਂ ਹੋਈ ਗਏ ਇਸ ਟਾਈਮ ਨਾ ਨਾ ਹੋਰ ਚੀਜ਼ ਇਹ ਹੋਰ ਨੀਚੇ ਵਾਈਟ ਜੰਗ ਚੂੜੀਆਂ ਪਰਪਲ ਇੰਨਾ ਚੁੰਮੀ ਕਿਹੜਾ ਨਾਈਸ ਹੈ ਹਾਂਜੀ ਮਾੜੀਓ ਭੈਣੋ ਤੇ ਮਾੜੀਓ ਭਣੇਓ ਐਸ ਐਸਾ ਦੁਕਾਨ ਉੱਪਰ ਆਇਆ ਸੁਲਤਾਨੀਆ ਮਾਸ਼ਾਅੱਲਾ ਇਸ ਦੁਕਾਨ ਉੱਪਰ ਤੁਸੀਂ ਕੱਟੀ ਸਕਦੇ ਹਰ ਚੀਜ਼ ਨੀ ਜਿਹੜੀ ਚੀਜ਼ ਤੁਸੀਂ ਖਰੀਦ ਸੋ ਤੁਸੀਂ ਕਿ ਹਰ ਚੀਜ਼ ਨਾ ਮੇਕਅਪ ਜੂਲਰੀ ਜਿਹੜੇ ਕਿਸਮ ਨੀ ਤੁਸੀਂ ਖਰੀਦ ਸੋ ਉਹ ਤੁਸੀਂ ਕਿ ਲੱਭੀ ਸਕ ਸੀ ਅਤੇ ਉਸ ਦਿਹਾੜੇ ਮਾੜੀ ਭੈਣ ਇੰਗਲੈਂਡੂ ਕਾਲ ਕੀਤੀ ਸੀ ਸਮੀਨਾ ਤੇ ਆਖਣੀ ਸੀ ਕਿਹੜੀ ਮਹਿੰਦੀ ਲਾਈ ਨੇ ਤਾਂ ਇਹ ਮਹਿੰਦੀ ਮੈਂ ਉਸ ਦਿਹਾੜੇ ਖਰੀਦੀ ਸੀ ਅਤੇ ਇਹ ਕਿਣੀ ਗਈ ਸਾਂ ਅਤੇ ਇਹ ਕਲਰ ਮੈਂ ਲਾਇਆ ਸਾਂ ਆਖਣੇ ਸਾਨੂੰ ਬਹੁਤ ਸੋਹਣੀ ਲੱਗੀ ਆ ਅਤੇ ਚਲੋ ਹੁਣ ਦੋ ਚੋ ਕਿਉਂ ਇੱਕ ਚੋ ਕਿਉਂਕਿ ਸ਼ਾਦੀ ਨਹੀਂ ਹਰ ਚੀਜ਼ ਸੰਗ ਲੱਭੀ ਅਸੀਂ ਸੁਲਤਾਨੀਆ ਗਿਫਟ ਸੈਂਟਰ ਅਤੇ ਕਾਜ਼ਮੀ ਪਲਾਜ਼ਾ ਜੀ
ਡਾਕਟਰ ਅਖਤਰ ਪਲਾਜ਼ਾ ਨੇ ਬੇਸ ਮਿੱਟੀ 'ਚ ਦੁਕਾਨ ਹੈ ਮਾਸ਼ਾ ਜੀ ਤਾਂ ਮਾਸ਼ਾਅੱਲਾ ਪਿੱਛੋਂ ਕਿ ਹਰ ਚੀਜ਼ ਜਿਹੜੀ ਹੈ ਇੱਥੇ ਲੱਗੀ ਆ ਸੀ ਡਾਕਟਰ ਅਖਤਰ ਨੇ ਪਲਾਜ਼ਾ ਜਿਹੜਾ ਬੇਸ ਮਿੱਟੀ ਮਤਾੜੀ ਪਸੰਦ ਨੇ ਮਹਿੰਦੀ ਮੈਂ ਚਾਹੀ ਕਿੱਦੀ ਹੈ ਤਾਂ ਇਹ ਕਲਰ ਸਾ ਤਾਂ ਮਾਸ਼ਾਅੱਲਾ ਮਹਿੰਦੀ ਵੀ ਸੱਚ ਵੱਲ ਹੈ ਉਹ ਦੂਜੇ ਨਾਲ ਥੋੜ੍ਹੀ ਇਹ ਜ਼ਿਆਦਾ ਮਹਿੰਦੀ ਹੈ ਇਹ ਕਲਰ ਸਾ ਮਾੜੀ ਭੈਣ ਅਤੇ ਮੈਂ ਆਪਣੀ ਭੈਣ ਨੂੰ ਨਹੀਂ ਪਸੰਦ ਹੀ ਅਤੇ ਇਹ ਕਲਰ ਫਿਰ ਦੁਬਾਰਾ ਮੈਂ ਚਾਹੀ ਕਿੱਦਾਂ ਜਿਹੜੀਆਂ ਬਈ ਸ਼ਾਦੀ ਆ ਪਰ ਇਸਤੇਮਾਲ ਹੋਣੀਆਂ ਨੇ ਕਿਸੇ ਨਾਲ ਦੁਲਣਾ ਕੇ ਇਸਤੇਮਾਲ ਕਰੀ ਕੇ ਲਾਈ ਸਕਣੀਆਂ ਨੇ ਤੇ ਮਾਸ਼ਾਅੱਲਾ ਇਹ ਤੱਕੀ ਸਕਣੇ ਹੋ ਤੁਸੀਂ ਤੇ ਇਸ ਨਾਲ ਹੁਣ ਇਹ ਤਾਂ ਜਾਈ ਕੇ ਹੁਣ ਇਹ ਤਾਂ ਆਖਣੇ ਨੇ ਨਾ ਸਹੀ ਇਸਨੀ ਦੂਈ ਹੈ ਤਾਂ ਕਲਰ ਹੈ ਤਾਂ ਹੁਣ ਜਾਈ ਤਾਂ ਕਾਰ ਇਸਤੇਮਾਲ ਕਰਸਾਂ ਅਤੇ ਲਾਸਾਂ ਲਾਈ ਰਸਾਂ ਨਾ ਜਿਸ ਵੇਲੇ ਤਾਂ ਉਸ ਵੇਲੇ ਵੀ ਆਪਣੀਆਂ ਭਣਾਈਆਂ ਭੈਣਾਂ ਕੀ ਚੈੱਕ ਕਰਾਸਾਂ ਅਤੇ ਜਦ ਤੁਸਾਂ ਕੀ ਜ਼ਰੂਰਤ ਹੈ ਤਾਂ ਇੱਥੋਂ ਤੁਸੀਂ ਅੱਛੀ ਕਿ ਤੁਸੀਂ ਕੀ ਸਪੈਸ਼ਲ ਮਹਿੰਦੀ ਲੱਭੀ ਸਕਦੇ ਅੱਲਾ ਤਾਲਾ ਇਹਨਾਂ ਨੇ ਦੁਕਾਨ ਕੀ ਕਾਰੋਬਾਰ ਚ ਇਹਨਾਂ ਨੇ ਦੁਕਾਨ ਚ ਅੱਲਾ ਤਾਲਾ ਇਜ਼ਾਫਾ ਕਰੇ ਤੇ ਅੱਲਾ ਤਾਲਾ ਦੇ ਸਾਰੀਆਂ ਤਰੱਕੀਆਂ ਕਰੇ ਤੇ ਅੱਲਾ ਕਾਮਯਾਬੀ ਦੇ ਕੱਪੜੇ ਤਾਂ ਸਾਰੇ ਸਹੀ ਹੈ ਮਾਸ਼ਾਅੱਲਾ ਸੋਹਣੇ ਨੇ ਇਹਨਾਂ ਨੂੰ ਇਹ ਸਾਰੇ ਕਿੰਨੇ ਪੂਰੇ ਨੇ ਬੜੇ ਨੇ ਹੋਰ ਕਿਆ ਕਿੱਥੋਂ ਬਸ ਹੋਰ ਕੋਈ ਚੀਜ਼ ਨਹੀਂ ਹੁਣ ਰਸ਼ ਹੈ ਫੈਨਾਂ ਨਾਲ ਮਿਲੀ ਮਿਲੀ ਨਾ ਤੇ ਸੌਦਿਆਂ ਨਾਲੋਂ ਜ਼ਿਆਦਾ ਨਾਲ ਸ਼ੋਪਿੰਗ ਨਾਲੋਂ ਫੈਨ ਮਿਲੇ ਨਾ ਥੱਕੀ ਗਈਆਂ ਆਵੇ ਤੇ ਜਲਦੀ ਜਲਦੀ ਹੁਣ ਲੰਮੀ ਪਾਵਾਂ ਹੁਣ ਬਦਾਮ ਗਿਰੋ ਨਾ ਉਹ ਬਦਾਮ ਕੁਛ ਨਾ ਮੈਂ ਨਹੀਂ ਉਹ ਦੂਆ ਖਿਲਾਣਾ ਕੇ ਉਹ ਕੁੱਟੇ ਵੇ ਉਹ ਜਿਹੜੇ ਹੁਣ ਨੇ ਨਾ ਉਸ ਨੇ ਵਿੱਚ ਦੂਆ ਰਲੇ ਮਿਲੇ ਵੀ ਹੁੰਦੇ ਬੜੇ ਬੜੇ ਨੇ ਛੋਟੇ ਪੈਕੇਟ ਉਹ ਪਰਲੀ ਲਾਈਨ ਤੇ ਬੜੇ ਵਧੀਆ
सबसे छोटा पैकेट कौन सा है? जितना मर्जी आप ले लो। ये वाला ये है ना, ये वाला आपको मिलेगा 2200 रुपए किलो। ये वाला बराबर, ये वाला 1400। ਬਿਲਕੁਲ ਮੈਂ ਆਖਿਆ ਮੈਂ ਆਪਣੀਆਂ ਭਣੇਈਆਂ ਤੇ ਕਿਸੇ ਨਾ ਭੈਣਾਂ ਕੀ ਦੱਸਾਂ ਨਾ, ਜਿਹੜੇ ਅਸਾਂ ਸ਼ੋਪਿੰਗ ਕਰੀ ਕੇ ਆਉਂਦੀ ਤੇ ਮੈਂ ਰੋਟੀ ਬਣਾਈ ਆਉਂਦੀ, ਹੱਥ ਵੀ ਕੋਈ ਨਹੀਂ ਧੋਤੇ। ਚਲੋ ਖੈਰ ਹੈ, ਤੇ ਕਿਸੇ ਨਾ ਐ ਤੱਕੀ ਸਕਦੇ ਹੋ ਮਾੜੀਓ ਭੈਣੋ, ਇਹ ਮਾੜਾ ਜਿਹੜਾ ਸੂਟ ਹੈ ਇਹ ਮੈਂ ਈਦੀ ਉੱਪਰ ਲਾਸਾਂ, ਮਿਕੀ ਇਹ ਕਲਰ ਬਹੁਤ ਚੰਗਾ ਲੱਗਣਾ ਨੇ ਯਕੀਨ ਕਰਨ ਦੀ ਲੈ ਕੇ। ਤੇ ਇਹ ਸਿਧਰਾ ਜਿਹੜੀ ਹੈ ਇਹ ਅਸਾਂ ਮਾਵਾਂ ਧੀਆਂ ਜਿਹੜਾ ਨਾ ਵੈਸੇ ਆਉਂਦੇ ਨੇ ਕਾਰ ਲਾਉਣ ਵਾਸਤੇ, ਇਹ ਅਸਾਂ ਹੁਣ ਕੱਲ੍ਹ ਜਿਹੜਾ ਨਾ ਕਿਸਨ ਨਾਸਾਂ ਮੈਂ ਅਤੇ ਮਹਿੰਦੀ ਵਿਸ਼ਨ ਦੀ ਲਾਸਾਂ, ਅਤੇ ਇਹ ਫਿਰ ਇਹ ਸਿਧਰਾ ਆਪਣੇ ਵਾਸਤੇ ਆਉਂਦਾ ਵਾ ਵੈਸੇ ਲਾਉਣੇ ਵਾਸਤੇ ਕਾਰ, ਅਤੇ ਇਹ ਮੈਂ ਇੱਕ ਸੂਟ ਮਿਕੀ ਇਹ ਪਤਲਾ ਜਿਹਾ ਜ਼ੋਰ ਕਲਰ ਵੀ ਚੰਗਾ ਲਗਾ ਅਤੇ ਐਵੇਂ ਵੀ ਜ਼ੋਰ ਮਿਕੀ ਜਿਵੇਂ ਪਤਲਾ ਜਿਹਾ ਲਗਾ, ਅਤੇ ਮੈਂ ਆਖਿਆ ਸਿਧਰਾ ਇਹ ਮੈਂ ਕਿੰਨਾ ਹੀ ਕਿੰਨਾ। ਅਤੇ ਧੱਕੋ ਹੁਣ ਇਹ ਹੁਣ ਜਿਹੜਾ ਧੱਕੋ 2000 ਨਾ ਦਿੱਤਾ ਨੇ ਇੱਥੇ, ਇਹ ਹੁਣ 2500 ਨਾ, ਹੁਣ 500 ਰੁਪਿਆ 500 ਰੁਪਿਆ ਖਾਲੀ ਫਾਲਤੂ ਹੈ। ਅਤੇ ਧੱਕੋ ਇਹ ਚੀਜ਼ ਵੀ ਇਤਨੀ ਸੋਹਣੀ, ਨਾਲ ਦੁਪੱਟਾ ਵੀ ਅਤੇ ਕਲਰ ਵੀ ਸੋਹਣਾ, ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਸਾਨੂੰ ਇਸ ਨਸੀਬ ਕਰੇ। ਅਤੇ ਐ ਤੁਸੀਂ ਤੱਕੀ ਸਕਦੇ ਹੋ, ਇਹ ਮਾੜੀ ਤੀਨੀਆਂ ਜੁੱਤੀਆਂ ਨੇ ਪਰ ਉਸਕੀ ਆਖਿਆ ਸਾ ਲੀਮਾ ਸਾਦੇ ਆ, ਜੇ ਕਲਰ ਕਿਣਿਆ ਤੋਂ ਪਰਜੀ ਆ ਜਾਂ ਉਸ ਆਖਿਆ ਸਾ ਉਹ ਕਲਰ ਕੋ ਨਹੀਂ ਲੱਭਾ, ਅਤੇ ਚਲੋ ਆਖਣੀ ਆ ਇਹ ਕਲਰ ਚਾਹੀ ਕਿੰਨੀਆਂ। ਅਤੇ ਇਹ ਸਿਧਰਾ ਮਾੜੀ ਤੀ ਖੁਸੇ ਕੀ ਦੇ ਮਾਸ਼ਾਅੱਲਾ ਖੁਸ਼ ਹੈ, ਆ ਹਾਂ ਉਹ ਹੈ ਇਹ ਖੁਸੇ ਕੀ ਦੇ, ਅਤੇ ਮਾਸ਼ਾਅੱਲਾ ਅੱਲਾ ਖੈਰ ਕਰੇ ਅਤੇ ਖੈਰੀ ਸਲਾਮਤ ਜਿਹੜਾ ਈਦ ਵਾਲੇ ਦਿਹਾੜੇ। ਫਿਰ ਤੁਸਾਂ ਪਤਾ ਈਦ ਇਹ ਮਾੜੀ ਧੀ ਉਹ ਕੰਮਾਂ ਵਾਲੀ ਹੋਣੀ ਹੈ, ਦੌੜੋ ਅਤੇ ਨਸ ਤੇ ਬਸ ਕੰਮ ਕਰੋ ਅਤੇ ਮਹਿਮਾਨਾਂ ਕੀ ਅੱਗੇ ਪਿੱਛੇ ਅਤੇ ਬਸ ਕਿਸੇ ਨਾਲ ਜਿਹੜੇ ਅਚਸਨ ਕੁਰਬਾਨੀ ਵਾਲੇ ਉਹਨਾਂ ਕੀ ਖਾਣਾ ਦਿਓ ਅਤੇ ਅੱਗੇ ਪਿੱਛੇ ਬਸ ਦਿਹਾੜ ਲਈ ਜਾਸੀ, ਅਤੇ ਕੱਪੜਿਆਂ ਨਾਲ ਹੋਸ਼ ਤਾਂ ਨਹੀਂ ਰਹਿਣ ਲੱਗਾ। ਚਲੋ ਫਿਰ ਵੀ ਤ੍ਰੀਆ ਦਿਹਾੜਾ ਜੋ ਸਹੀ ਤ੍ਰੀਏ ਦਿਹਾੜੇ ਚਲੋ ਭੈਣ ਭਰਾ ਨੂੰ ਕੁਛ ਨਕਾਰ ਜਾਸਾਂ, ਨਾਲ ਮੁਬਾਰਕ ਦੇਈ ਸਾਂ, ਨਾਲ ਕੱਪੜੇ ਲਾਈ ਦੇਣ ਸਾਂ। ਅੱਲਾ ਤੁਸਾਂ ਕੀ ਵੀ ਫਜ਼ਲ, ਅਤੇ ਤੁਸਾਂ ਹੀ ਫਟੋ ਫਟ ਜਿਹੜੀਆਂ ਮਾੜੀਆਂ ਪਾਕਿਸਤਾਨ ਭਣਈਆਂ ਰਹਿਣੀਆਂ, ਅੱਜ ਮਾੜੇ ਫੈਨ ਇਤਨੇ ਯਕੀਨ ਕਰੋ ਮਿਕੀ ਮਿਲੇ ਤਾਂ ਇਤਨੀਆਂ ਮਾੜੀਆਂ ਭਣਈਆਂ, ਤ੍ਰੈ ਭੈਣਾਂ ਇੱਕੇ ਘਰ ਰਹਿਣੀਆਂ ਨੇ ਅਤੇ ਅੱਲਾ ਜ਼ਿੰਦਗੀ ਕਰੇ ਅਤੇ ਨਾਲ ਉਹਨਾਂ ਨੇ ਬੱਚੇ ਵੀ ਸਨ ਅਤੇ ਇਤਨੇ ਤੱਕੀ ਕੇ ਖੁਸ਼ ਹੋਈਆਂ ਕੋਈ ਹਿਸਾਬ ਨਹੀਂ, ਅਤੇ ਰਹਿਣੀਆਂ ਵੀ ਮਾੜੇ ਕੋਲ ਹੈ ਨਾ ਇੱਥੇ ਗਵਾਂਢ ਅੰਕਰਾ ਐ ਤੱਕੋ ਚੱਪੇ ਉੱਪਰ, ਅਤੇ 11 ਵਾਰੀ ਮੈਂ ਅੰਕਰਾ ਗਈਆਂ ਅਤੇ ਆੜੀਆਂ ਨੇ ਖਾਲਾ ਮੁਲਾਕਾਤ ਕੋ ਨਹੀਂ ਹੋਈ, ਅਤੇ ਤੱਕੋ ਅਸਾਂ ਰੋਜ਼ ਆਖਣੀਆਂ ਆਪਣੀ ਖਾਲਾ ਨਾਲ ਮਿਲਾਂ ਅਤੇ ਐ ਤੱਕੋ ਰਹਿਣੇ ਵੀ ਇੱਕ ਦੂਏ ਨੇ ਨਾਲ ਆ, ਅਤੇ ਫਿਰ ਵੀ ਮੁਲਾਕਾਤ ਨਹੀਂ ਹੋਣੀ ਜਿਹੀਆਂ, ਇਹ ਦਿਹਾੜੇ ਵੀ ਇਹੋ ਜਾਣੇ ਨੇ ਖਾਸ ਤੌਰ ਪਰ ਪਾਕਿਸਤਾਨੀਆਂ ਨੇ, ਇਹ ਕੰਮ ਕਰੋ ਉਹ ਕਰੋ ਇੱਧਰ ਤਾਂ ਦੌੜ ਅਤੇ ਨਸ ਅਤੇ ਦਿਹਾੜ, ਅਤੇ ਗਰਮੀ ਹੈ ਤਾਂ ਤੁਸਾਂ ਪਤਾ ਵੈਸੇ ਵੀ ਨਹੀਂ ਨਿਕਲਣ ਆਉਣਾ, ਅਤੇ ਉੱਥਾਂ ਮਾੜੀ ਉਹਨਾਂ ਨਾਲ ਮੁਲਾਕਾਤ ਹੋਈ ਅਤੇ ਜ਼ੋਰ ਸੋਹਣੀਆਂ ਕਸਮੇ ਖੁਸ਼ ਹੋਈਆਂ, ਗਲੇ ਲਾਈ ਕੇ ਕੁੱਟ ਕੁੱਟ ਕੇ ਮਿਲੀਆਂ ਜਿਵੇਂ ਕੋਈ ਸਦੀਆਂ ਦੀਆਂ ਵਿਛੜੀਆਂ ਹੋਵਾਂ, ਅਤੇ ਅੱਲਾ ਉਹਨਾਂ ਕੀ ਵੀ ਆਪਣੀ ਸਮਾਨ ਹੈ ਅਤੇ ਉਹਨਾਂ ਕੀ ਵੀ ਆਖਣੀਆਂ ਐਡੀਆਂ ਸੋਹਣੀਆਂ ਐਨਕਾਂ ਅਤੇ ਚਸ਼ਮੇ ਲਾਏ ਵੇ ਨੇ, ਅਤੇ ਜਲਦੀ ਜਲਦੀ ਤੂੰ ਪਹਿਲਾਂ ਫਿਰਿਆ ਜੇ ਫਟੋਫਟ ਈਦੀ ਅਤੇ ਕੰਮ ਸਭ ਮੁਕਾਈ ਅਤੇ ਆਪਣਾ ਤਿਆਰ ਹੋਈ ਅਤੇ ਆਪਣੇ ਭੈਣਾਂ ਭਰਾਵਾਂ ਨੇ ਸਾਰਿਆਂ ਨੇ ਘਰ ਜਾਇਆ ਜੇ, ਜਿਹੜੀਆਂ ਮਾੜੀਆਂ ਪਾਕਿਸਤਾਨ ਵਾਲ ਇੰਗਲੈਂਡ ਵਾਲੀਆਂ ਤਾਂ ਛਦੀਆਂ ਫਿਰ ਕਰਸਨ ਨਾ, ਆਪੂ ਛਦੀਆਂ ਉੱਠਸਨ, ਆਪੂ ਪਕਾਸਨ, ਆਪੂ ਹੀ ਕਰਸਨ, ਅਤੇ ਮਾਸ਼ਾਅੱਲਾ ਚਲੋ ਅੱਲਾ ਸੋਹਣਾ ਉਹਨਾਂ ਕੀ ਵੀ ਸਿਹਤ ਵਾਲੀ ਜ਼ਿੰਦਗੀ ਦੇਵੇ, ਅਤੇ ਚਲੋ ਬੰਦਾ ਕੋਲ ਹੋਵੇ ਤਾਂ ਸਾਰਿਆਂ ਭੈਣਾਂ ਭਰਾਵਾਂ ਦੀ ਹੈਲਪ ਕਰਾਏ, ਉਹ ਹੁਣ ਦੇਸ਼ ਤੋਂ ਪਰਦੇਸ਼ ਹਨ ਅਤੇ ਜਿਹੜੀਆਂ ਮਾੜੀਆਂ ਇੱਥੇ ਪਾਕਿਸਤਾਨ ਵਿੱਚ ਭੈਣਾਂ ਬਣਾਈਆਂ ਰਹਿਣੀਆਂ ਨੇ, ਚਲੋ ਇੱਕ ਕੁਛ ਹੈ ਕਿ ਇੱਕ ਦੂਏ ਨਾਲ ਮਦਦ ਵੀ ਕਰਾਈ ਸਕਦੀਆਂ, ਕੋਈ ਬੰਦਾ ਵੀ ਸੱਦੀ ਅਤੇ ਕੰਮ ਕਰਾਈ ਸਕਦੀਆਂ ਨੇ, ਅਤੇ ਅੱਲਾ ਸਾਰਿਆਂ ਕੀ ਹਿਫਜ਼ੋ ਮਾਨ ਵਿੱਚ ਰੱਖਿਆ, ਅਤੇ ਮਾੜੀ ਤਰਫੋਂ ਸਾਰਿਆਂ ਕੀ ਅਡਵਾਂਸ ਮੁਬਾਰਕ ਜਿਹੜੇ ਪਾਕਿਸਤਾਨ ਵਾਲੇ ਨੇ, ਜਿਹੜੇ ਬਾਹਰਲੇ ਮੁਲਕਾਂ ਵਾਲੇ ਨੇ।